ਸਬਸਕ੍ਰਾਈਬ ਕਰ ਲਓ ਸਾਡਾ ਚੈਨਲ ਵੈਲਕਮ ਨਿਊਜ਼, ਅਤੇ ਇਸ ਬੈੱਲ ਆਈਕਨ ਨੂੰ ਦਬਾ ਲਓ ਸਾਡੀ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ, ਅਤੇ ਬਿਲਕੁਲ ਫ੍ਰੀ ਹੈ। ਦੇਖੋ ਜੀ, ਸਾਰਾ ਸਟੋਕ ਅਵੇਲੇਬਲ ਹੈ ਇੱਥੇ, ਤੁਸੀਂ ਜਿੱਦਾਂ ਦੀ ਮਰਜ਼ੀ ਲੈਣਾ ਚਾਹੋ ਜਿੰਨਾ ਮਰਜ਼ੀ ਲੈ ਸਕਦੇ ਹੋ, ਸਟੋਕ ਦੀ ਕੋਈ ਕਮੀ ਨਹੀਂ ਹੈਗੀ। ਦੇਖੋ ਇੱਥੇ ਇਹਨਾਂ ਦਾ ਪੂਰਾ ਮਾਲ ਬਣਦਾ ਵਾ। ਦੇਖੋ ਇਸ ਟਾਈਮ ਇੱਥੇ ਬੈਲੀਆਂ ਬਣ ਗਈਆਂ ਵਾ, ਅਤੇ ਭਾਈ ਇਹ ਕੀ ਕੀ ਬਣਦਾ ਇੱਥੇ? ਬੈਲੀ ਹੈ, ਫੈਂਸੀ ਸੈਂਡਲ ਸਲੀਪਰ ਵਗੈਰਾ ਜੀ। ਅਤੇ ਦੇਖੋ ਇੱਥੇ ਬੈਲੀਆਂ ਬਣ ਗਈਆਂ, ਇਸ ਟਾਈਮ ਬਲੈਕ ਬਣ ਗਈਆਂ ਵਾ। ਇਹ ਹੁਣ ਤੁਹਾਨੂੰ ਅਸੀਂ ਬੈਲੀਆਂ ਦਿਖਾਉਣ ਲੱਗੇ ਹਾਂ। ਇਹ ਦੇਖੇ ਬਹੁਤ ਵਧੀਆ ਟਰਾਂਸਪੇਰੈਂਟ ਬੈਲੀ ਹੈ, ਔਰ ਸਟੋਨਸ ਲੱਗੇ ਹੋਏ ਸਾਈਡਾਂ 'ਤੇ, ਇਹਦੇ ਸੋਲ ਬਹੁਤ ਵਧੀਆ ਇਹਦਾ। ਸਰ ਸੋਲ ਦੱਸਿਓ ਕਿੱਦਾਂ ਦਾ ਇਹਦਾ? ਸਰ ਇਹ TPR ਸੋਲ ਕਹਿੰਦੇ ਜੀ ਇਹਨੂੰ, ਵੀ ਇਹ ਸਾਈਜ਼ 7 ਤੋਂ 12 ਬਣਦੇ ਸਰ ਇਹਦੇ ਵਿੱਚ ਵੀ। 7 ਤੋਂ 12 ਸਾਈਜ਼ ਮਿਲੂਗੇ ਤੁਹਾਨੂੰ ਇਹਦੇ ਵਿੱਚ। ਪ੍ਰਾਈਸ ਕੀ ਹੈ ਸਰ ਇਹਦਾ? ਸਰ 160 ਰੁਪਏ ਦੀ ਜੀ, ਸਿਰਫ 160 ਰੁਪਏ ਪ੍ਰਾਈਜ਼ ਹੈ ਇਹਦਾ। ਇੱਕ ਹੋਰ ਪੀਸ ਦਿਖਾ ਰਿਹਾ ਤੁਹਾਨੂੰ ਮੈਂ, ਦੇਖਿਓ ਉਹਦੇ ਅੱਗੇ ਪੈਰ 'ਚ ਕਾਫੀ ਵਧੀਆ ਬੈਚ ਲੱਗਾ ਹੋਇਆ ਵਾ, ਕਾਫੀ ਸੋਹਣਾ ਦੇਖਣ 'ਚ। ਸਰ ਕਿੰਨੇ ਰੰਗ ਮਿਲੂਗੇ ਇਹਦੇ? ਸਰ ਇਹ 8 ਕਲਰ ਆਉਂਦੇ ਜੀ। ਜੇ ਤੁਹਾਨੂੰ ਇਹ 8 ਰੰਗ ਮਿਲ ਜੂਗੇ, ਸਰ ਪ੍ਰਾਈਸ ਕੀ ਹੈਗਾ? ਸਰ 125 ਰੁਪਏ ਦੀ ਹੈ ਜੀ ਇਹ। ਸਿਰਫ 125 ਰੁਪਏ ਪ੍ਰਾਈਜ਼ ਹੈ ਇਹਦਾ। ਲੋਫਰ ਇੱਕ ਹੋਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪੀਸ, ਕਾਫੀ ਅੱਛਾ ਲੋਫਰ ਇਹਨੂੰ ਕਹਿੰਦੇ ਆ, ਲੋਫਰ ਸਟਾਈਲ ਹੈ ਇਹਦਾ। ਸਰ ਕੀ ਪ੍ਰਾਈਜ਼ ਹੈ ਇਹਦਾ? ਸਰ 125 ਰੁਪਏ ਦਾ ਜੀ ਇਹ ਵੀ। 125 ਰੁਪਏ ਪ੍ਰਾਈਜ਼ ਹੈ ਇਹਦਾ, ਅਤੇ ਕਾਫੀ ਅੱਛਾ ਹੈ। ਸਰ ਕਿੰਨੇ ਕਲਰ ਮਿਲ ਜੂਗੇ ਇਹਦੇ 'ਚ? ਸਰ ਇਹ 'ਚ 6 ਕਲਰ ਹੈ ਸਰ। 6 ਕਲਰ ਤੁਹਾਨੂੰ ਇਹਦੇ 'ਚ ਮਿਲ ਜੂਗੇ। ਦੇਖੋ ਤੁਹਾਨੂੰ ਮੈਂ ਇੱਕ ਹੋਰ ਪੀਸ ਦਿਖਾ ਰਿਹਾ ਵਾਂ, ਸਰ ਇਹਦੇ ਬਾਰੇ ਦੱਸੋ ਕੁਛ। ਸਰ ਇਹ ਬੈਲੀ ਹੈਗੀ ਜੀ, ਇਹ ਉੱਪਰ ਮਟੀਰੀਅਲ ਸ਼ਾਈਨਿੰਗ ਵਾਲਾ ਮਟੀਰੀਅਲ ਹੈ, ਸੋਲ ਇਹਦਾ ਲੱਗਾ ਹੋਇਆ ਜੀ ਕਰੀਮ, ਤਿੱਤਲੀ ਬੱਕਲ ਹੈ ਸਰ ਇਹਦਾ, ਅੰਦਰ ਅਰਾਲੋਨ ਲਗਾਈ ਹੋਈ ਹੈ ਸੋਫਟਨੈਸ ਵਾਸਤੇ ਸਰ ਇਹਦੀ, ਬਿਲਕੁਲ ਸੋਫਟ ਬੈਲੀ ਹੈ ਜੀ ਇਹ ਅੰਦਰੋਂ, ਕੰਫਰਟੇਬਲ, ਔਰ ਇਹਦੀ ਕੈਮੀਕਲ ਠੋਕਰ ਹੁੰਦੀ ਹੈ ਸਰ, ਜੋੜੀ ਹਿੱਲੇਗੀ ਨਹੀਂ ਸਰ, ਬਹੁਤ ਵਧੀਆ ਹੈਗੀ ਹੈ ਜੀ, ਹਾਰਡ ਬਿਲਕੁਲ ਜੀ, ਪੂਰੀ ਹਾਰਡ ਹੈ, ਤੁਹਾਡਾ ਇਹ ਸੋਲ ਬਿਲਕੁਲ ਵੀ ਟੁੱਟ ਵਗੈਰਾ ਨਹੀਂ ਸਕਦਾ। ਸਰ ਕੀ ਪ੍ਰਾਈਜ਼ ਹੈ ਇਹਦਾ? ਸਰ 125 ਰੁਪਏ ਦੀ ਹੈ ਜੀ ਇਹ। ਜੀ ਸਿਰਫ 125 ਰੁਪਏ ਦੀ ਬੈਲੀ ਹੈ ਇਹ। ਇਹ ਭਾਈ ਸਾਨੂੰ ਇੱਕ ਹੋਰ ਪੀਸ ਦਿਖਾ ਰਿਹਾ ਬਲੈਕ ਕਲਰ ਦੇ ਵਿੱਚ, ਸਰ ਕਿੰਨੇ ਕਲਰ ਅਵੇਲੇਬਲ ਹੈ ਇਹਦੇ 'ਚ? ਸਰ ਇਹ 'ਚ 4 ਕਲਰ ਹੈ ਜੀ। ਜੀ 4 ਕਲਰ ਮਿਲ ਜੂਗਾ ਤੁਹਾਨੂੰ ਇਹਦੇ 'ਚ, ਪੇਟੈਂਟ ਹੈ ਸਰ ਮਟੀਰੀਅਲ ਇਹ, ਔਰ ਇਹਦੀ ਵੀ ਸਰ ਉਹੀ ਕੈਮੀਕਲ ਟੋਕਰ ਲੱਗੀ ਹੋਈ ਹੈ ਅੱਗੇ, ਅਤੇ ਥੱਲੇ ਸੋਲ ਇਹਦਾ ਬਲੈਕ ਹੈਗਾ ਜੀ, ਸੋਫਟ ਸੋਲ ਹੈ, ਹਾਰਡ ਨਹੀਂ ਹੈਗਾ ਸਰ, ਨਰਮ ਸੋਲ ਹੈਗਾ ਜੀ। ਰੇਟ ਸਰ ਇਹਦਾ ਵੀ 125 ਰੁਪਏ ਜੀ। ਜੀ ਸਿਰਫ 125 ਰੁਪਏ ਦਾ। ਸਰ ਕਿੰਨੇ ਕਲਰ ਮਿਲੂਗੇ ਇਹਦੇ 'ਚ? ਸਰ 4 ਕਲਰ ਹੈ ਜੀ ਇਹ 'ਚ। 4 ਕਲਰ ਇਹਦੇ 'ਚ ਸਾਨੂੰ ਮਿਲ ਜੂਗੇ। ਇੱਕ ਹੋਰ ਬੈਲੀ ਤੁਹਾਨੂੰ ਮੈਂ ਪੀਸ ਦਿਖਾ ਰਿਹਾ ਵਾਂ, ਸਰ ਇਹਦੇ ਬਾਰੇ ਦੱਸਿਓ ਕੁਛ। ਸਰ ਇਹ ਗਰਲਿਸ਼ ਬੈਲੀ ਹੈ ਜੀ, ਪੁਆਇੰਟਡ ਸ਼ੇਪ ਦੇ ਵਿੱਚ, TPR ਸੋਲ ਹੈ ਸਰ ਇਹਦਾ ਵੀ, ਅਤੇ ਅੱਗੇ ਹੈ ਦੇਖੋ ਫਰਿੱਲ ਟਾਈਪ ਲੱਗੀ ਹੋਈ ਹੈ ਅੱਗੇ, ਇਹਦੇ ਵੀ ਅੰਦਰ ਅਰਾਲੋਨ ਸਰ ਸੋਫਟਨੈਸ ਵਾਸਤੇ। ਪ੍ਰਾਈਸ ਕੀ ਹੈ ਸਰ ਇਹਦਾ? ਸਰ 140 ਰੁਪਏ ਦੀ ਹੈ ਜੀ ਸਿਰਫ। ਜੀ ਸਿਰਫ 140 ਰੁਪਏ ਪ੍ਰਾਈਸ ਹੈ ਇਹਦਾ। ਇੱਕ ਤੁਹਾਨੂੰ ਬੈਲੀ 'ਚ ਹੋਰ ਡਿਜ਼ਾਈਨ ਦਿਖਾ ਰਿਹਾ ਮੈਂ, ਸਰ ਕੀ ਪ੍ਰਾਈਜ਼ ਹੈ ਇਹਦਾ? ਸਰ 125 ਰੁਪਏ ਜੀ ਸਿਰਫ। ਸਿਰਫ 125 ਰੁਪਏ ਪ੍ਰਾਈਜ਼ ਹੈ ਇਹਦਾ, ਬਹੁਤ ਵਧੀਆ ਦੇਖਣ 'ਚ, ਬਹੁਤ ਵਧੀਆ ਸਟਾਈਲਿਸ਼ ਹੈ। ਸਰ ਕਿੰਨੇ ਕਲਰ ਮਿਲ ਜੂਗੇ ਇਹਦੇ 'ਚ? ਸਰ ਇਹ 'ਚ 4 ਕਲਰ ਹੈ ਜੀ। ਔਰ ਸਰ ਸਾਈਜ਼? 7 ਸੇ 12 ਜੀ। 7 ਤੋਂ 12 ਤੁਹਾਨੂੰ ਇਹ 'ਚ ਕਲਰ ਮਿਲ ਜੂਗੇ, ਸਾਈਜ਼ 7 ਤੋਂ 12 ਸਾਈਜ਼ ਤੁਹਾਨੂੰ ਇਹ 'ਚ ਮਿਲ ਜੂਗੇ। ਇੱਕ
ਹੋਰ ਤੁਹਾਨੂੰ ਮੈਂ ਬੈਲੀ ਦਿਖਾ ਰਿਹਾ, ਬੜੀ ਵਧੀਆ ਅੱਗੇ ਸਟੋਨ ਵਰਕ ਕੀਤਾ ਹੋਇਆ ਇਹਦੇ, ਔਰ ਕਾਫੀ ਅੱਛੇ ਸਟੋਨ ਲੱਗੇ ਹੋਏ ਨੇ, ਹੀਲ ਵਾਲੀ ਹੀਲ ਵੀ ਹੈ ਇਹਦੀ। ਅਤੇ ਸਰ ਕੀ ਪ੍ਰਾਈਜ਼ ਹੈ ਇਹਦਾ? ਸਰ ਇਹ 200 ਰੁਪਏ ਦੀ ਰੇਂਜ ਦੀ ਹੈ ਜੀ। ਜੀ ਸਿਰਫ 200 ਰੁਪਏ ਦੀ ਰੇਂਜ 'ਚ ਹੈ ਇਹ। ਸਰ ਇਹਦੇ ਬਾਰੇ ਦੱਸਿਓ ਕੁਛ ਸੋਲ ਬਾਰੇ ਇਹਦੇ। ਸਰ ਇਹ ਟੀ ਪੀ ਆਰ ਸੋਲ ਹੈ ਸਰ, ਹੀਲ ਵਿੱਚ ਹੈਗਾ ਥੋੜ੍ਹਾ ਜਿਹਾ, ਸੋਫਟ ਹੁੰਦੀ, ਬਿਲਕੁਲ ਸੋਫਟ ਹੈਗੀ ਹੈ ਸਰ ਇਹ ਬੈਲੀ ਥੱਲੋਂ ਜੀ, ਬਿਲਕੁਲ ਸੋਫਟ ਸਾਨੂੰ ਮਿਲ ਰਹੀ ਹੈ ਸਰ। ਇਹ ਖੁਦ ਤਿਆਰ ਹੁੰਦੀ ਹੈ ਜੀ ਸਾਡੀ, ਇਹ ਖੁਦ ਦੀ ਮੈਨੂਫੈਕਚਰਿੰਗ ਹੈ, ਖੁਦ ਦੀ ਮੈਨੂਫੈਕਚਰਿੰਗ ਇਹਨਾਂ ਦੀ। ਸਰ ਅਗਰ ਕੋਈ ਬਾਹਰੋਂ ਦੀ ਮੰਗਵਾਉਂਦਾ ਵਾ ਤਾਂ ਤੁਸੀਂ ਕਿੱਦਾਂ ਭੇਜ ਦੂੰਗੇ ਇਹਨਾਂ ਨੂੰ? ਹਾਂਜੀ ਸਰ, ਜਿਹੜਾ ਮਰਜ਼ੀ ਮੰਗਾਵੇ ਕੋਈ ਦਿੱਕਤ ਨਹੀਂ ਸਰ, GST ਨੰਬਰ ਆਪਣੇ ਕੋਲ ਹੈਗਾ ਸਰ ਇਹਦਾ, ਜਿਹੜਾ ਮਰਜ਼ੀ ਆਪਣਾ ਦੱਸੇ GST ਨੰਬਰ, ਬਿੱਲ 'ਤੇ ਮੰਗਾਵੇ ਜਾਂ ਬਿੱਲ ਜਿੱਦਾਂ ਵੀ ਮੰਗਾਉਣਾ, ਕੋਈ ਦਿੱਕਤ ਨਹੀਂ ਹੈਗੀ ਸਰ, ਭੇਜ ਦਿੱਤਾ ਜਾਵੇਗਾ ਮਾਲ ਜੀ ਜਿੱਦਾਂ ਮਰਜ਼ੀ ਸਾਨੂੰ ਮਿਲ ਜੂਗਾ। ਤੁਸੀਂ ਟਰਾਂਸਪੋਰਟ ਨਾਲ ਮੰਗਵਾਉਣਾ ਚਾਹੁੰਦੇ ਹੋ, ਤੁਸੀਂ ਕੋਰੀਅਰ ਨਾਲ ਮੰਗਵਾਉਣਾ ਚਾਹੁੰਦੇ ਹੋ, ਜਿਸ ਤਰ੍ਹਾਂ ਮਰਜ਼ੀ ਮੰਗਾਉਣ ਸਰ, ਕੋਈ ਦਿੱਕਤ ਨਹੀਂ ਹੈਗੀ ਸਰ, ਮਾਲ ਪਹੁੰਚ ਜਾਏਗਾ ਸਰ। ਔਰ ਸਰ ਤੁਹਾਡੇ 'ਚ ਪੇਮੈਂਟ ਦੀ ਕੀ ਫੈਸਿਲਿਟੀਜ਼ ਹੈ? ਸਰ ਪੇਮੈਂਟ ਸਰ, ਮਾਲ ਜਦੋਂ ਲਿਖਾਉਂਦਾ ਹੈਗਾ ਕਸਟਮਰ, ਉਸ ਤੋਂ ਬਾਅਦ ਪੇਮੈਂਟ ਸਰ ਅਕਾਊਂਟ 'ਚ ਡਲਵਾ ਦਿੱਤੋ ਅਤੇ ਮਾਲ ਚਲੇ ਜਾਏਗਾ ਸਰ, ਕੋਈ ਦਿੱਕਤ ਨਹੀਂ ਜੀ। ਪੇਮੈਂਟ ਪਹਿਲਾਂ ਕਰਵਾਉਣੀ ਪਊਗੀ, ਫਿਰ ਤੁਹਾਨੂੰ ਮਾਲ ਭੇਜ ਦਿੱਤਾ ਜਾਵੇਗਾ। ਅਤੇ ਸਰ ਕੀ ਕੀ ਫੈਸਿਲਿਟੀਜ਼ ਹੈ ਪੇਮੈਂਟ ਦੀਆਂ, ਪੇਟੀਐਮ ਵਗੈਰਾ? ਹਾਂਜੀ ਸਰ, ਪੇਟੀਐਮ ਕਰ ਸਕਦੇ ਹੋ ਸਰ, ਅਕਾਊਂਟ 'ਚ ਟ੍ਰਾਂਸਫਰ ਕਰ ਦਿਓ, ਜਾਂ ਕੋਈ ਹੋਰ ਐਪ, ਭੀਮ ਐਪ ਆਉਂਦੀ ਹੈ ਸਰ, ਐਪਸ ਜਿਹੜੀਆਂ ਅੱਜ ਕੱਲ੍ਹ ਚੱਲ ਰਹੀਆਂ, ਕਿਸੇ ਵੀ ਐਪ ਦੇ ਥਰੂ ਮੈਨੂੰ ਤੁਸੀਂ ਕਰ ਸਕਦੇ ਹੋ। ਸਾਰੀਆਂ ਐਪਸ ਅਵੇਲੇਬਲ ਹੈ, ਖਾਤੇ ਸਾਰੇ ਬੈਂਕ 'ਚ ਅਵੇਲੇਬਲ ਹੈਗੇ ਨੇ, ਕੋਈ ਪ੍ਰੋਬਲਮ ਨਹੀਂ ਆਏਗੀ ਕਸਟਮਰ ਨੂੰ, ਮਤਲਬ ਜਿਹੜਾ ਮਰਜ਼ੀ ਕਸਟਮਰ ਕੋਈ ਵੀ ਬੈਂਕ ਹੋਵੇ ਉਹਦੇ ਵਿੱਚ ਆਪਾਂ ਉਹਨੂੰ ਟ੍ਰਾਂਸਫਰ ਕਰਵਾ ਲਵਾਂਗੇ ਪੈਸੇ, ਕੋਈ ਦਿੱਕਤ ਨਹੀਂ। ਇਹ ਭਾਅ ਜੀ ਹੁਣ ਸਾਨੂੰ ਸੈਂਟਰ ਦਿਖਾਓਗੇ, ਲੇਡੀਜ਼ ਫੁੱਟਵੇਅਰ ਦਿਖਾਉਣ ਲੱਗੇ ਆ, ਦਿਖਾਈਓ ਸਰ। ਇਹ ਪਹਿਲਾ ਪੀਸ ਹੈ ਸਰ, ਦੱਸੋ ਇਹਦੇ ਬਾਰੇ ਕੁਛ। ਸਰ ਇਹ ਵੈਜ ਹੀਲ ਦੀ ਬੈਲੀ ਹੈ ਸਰ ਜੀ, ਬਹੁਤ ਅੱਛੀ ਬੈਲੀ ਹੈ, ਸਾਈਡ ਸਾਈਡ 'ਤੇ ਵੀ ਬਹੁਤ ਅੱਛਾ ਹੈ, ਇੱਥੇ ਰਿਲੇਟਿਡ ਕੀਤਾ ਹੋਇਆ ਵਾ, ਅੱਗੇ ਵੀ ਇਹਦਾ ਬੈਚ ਲੱਗਾ ਹੋਇਆ। ਸਰ ਪ੍ਰਾਈਜ਼ ਕੀ ਹੈ ਇਹਦਾ? ਸਰ ਇਹ 230 ਰੁਪਏ ਦੀ ਹੈ ਜੀ। ਸਿਰਫ 230 ਰੁਪਏ ਦਾ, ਸਿਰਫ 230 ਰੁਪਏ ਪ੍ਰਾਈਜ਼ ਹੈ ਇਹਦਾ। ਇਹ 'ਚ ਡਿਜ਼ਾਈਨ ਹੈ ਸਰ ਜੀ, ਉਸੇ ਚੀਜ਼ ਦੇ ਵਿੱਚ ਇੱਕ ਡਿਜ਼ਾਈਨ ਤੁਹਾਨੂੰ ਮੈਂ ਦਿਖਾ ਰਿਹਾ ਵਾਂ, ਇਹਦੇ ਅੱਗੇ ਵੀ ਬੜਾ ਵਧੀਆ ਪੈਚ ਜਿਹਾ ਲੱਗਾ ਹੋਇਆ ਵਾ। ਅਤੇ ਸਰ ਇਹਦੇ 'ਚ ਕਿੰਨੇ ਕਲਰ ਮਿਲੂਗੇ? ਸਰ ਇਹ 'ਚ 5 ਕਲਰ ਹੈ ਸਰ, ਕਾਲਾ, ਚਿੱਟਾ, ਕਰੀਮ, ਆ ਟੈਨ ਜਿਹਾ ਕਲਰ ਹੈ ਸਰ। ਅਤੇ ਭਾਈ ਸਾਨੂੰ ਇੱਕ ਹੋਰ ਪੀਸ ਦਿਖਾ ਰਿਹਾ, ਇਹਦੇ ਅੱਗੇ ਬੜਾ ਵਧੀਆ ਪੈਚ ਲੱਗਾ ਹੋਇਆ। ਸਰ ਕਿੰਨੇ ਕਲਰ ਮਿਲੂਗੇ ਇਹਦੇ? ਸਰ ਇਹ 'ਚ 4 ਕਲਰ ਹੈ ਜੀ, ਕਾਲਾ, ਕਰੀਮ, ਇਹ ਟੈਨ ਕਲਰ ਹੈ ਜੀ, ਅਤੇ ਇੱਕ ਸਰ ਰੈੱਡ ਕਲਰ ਆਉਂਦਾ ਸਰ ਇਹ 'ਚ ਜੀ। ਸਰ ਤੁਹਾਨੂੰ ਇਹਦੇ 4 ਕਲਰ ਮਿਲ ਜੂਗੇ। ਵੈਜ ਹੀਲ ਹੈ ਸਰ ਇਹ ਜੀ, ਵੈਜ ਹੀਲ ਹੈ। ਸਰ ਕੀ ਪ੍ਰਾਈਜ਼ ਹੈ ਇਹਦਾ? 230 ਰੁਪਏ ਜੀ ਇਹਦਾ, 230 ਰੁਪਏ ਪ੍ਰਾਈਜ਼ ਹੈ ਇਹਦਾ। ਅਤੇ ਇੱਕ ਹੋਰ ਬੜਾ ਫੈਂਸੀ ਬ੍ਰਾਈਡਲ 'ਚ ਤੁਹਾਨੂੰ ਪੀਸ ਦਿਖਾਉਣ ਲੱਗੇ ਹਾਂ। ਸਰ ਕੀ ਪ੍ਰਾਈਜ਼ ਕੀ ਹੈ ਇਹਦਾ? ਸਰ ਸਰ ਇਹ 250 ਰੁਪਏ ਦੀ ਹੈ ਜੀ। ਜੀ ਸਿਰਫ 250 ਰੁਪਏ ਪ੍ਰਾਈਜ਼ ਹੈ ਇਹਦਾ। ਸਰ ਅੱਗੇ ਦਿਖਾਈਓ, ਦੇਖੋ ਬੜਾ ਵਧੀਆ ਪੀਸ ਹੈ, ਕਾਫੀ ਅੱਛੇ ਵਿੱਚ ਪੱਟੀਆਂ ਲੱਗੀਆਂ ਹੋਈਆਂ ਲੈਸ ਦੀਆਂ। ਸਰ ਕਿੰਨੇ ਰੰਗ ਮਿਲ ਜੂਗੇ ਇਹਦੇ 'ਚ? ਸਰ ਇਹ 'ਚ ਵੀ 4 ਕਲਰ ਹੈ ਜੀ, ਇਸ ਤਰ੍ਹਾਂ 4 ਰੰਗ ਮਿਲ ਜੂਗੇ, ਤੁਸੀਂ 4 ਕਲਰ ਲੈ ਸਕਦੇ ਹੋ। ਸਰ ਕਿੰਨੇ ਘੱਟ ਤੋਂ ਘੱਟ ਲੈਣੇ ਪਊਗੇ? ਸਰ 6 ਜੋੜੇ ਦਾ ਸੈੱਟ ਹੁੰਦਾ ਜੀ, 6 ਜੋੜੇ ਪੂਰੇ ਲੈਣੇ ਪੈਣਗੇ ਜੀ। ਜੀ 6 ਜੋੜੇ ਸਾਨੂੰ ਘੱਟੋ ਘੱਟ ਲੈਣੇ ਹੀ ਪਊਗੇ ਇਹਦੇ ਵਿੱਚੋਂ ਦੀ। ਕੀ ਪ੍ਰਾਈਜ਼ ਹੈ ਸਰ ਇਹਦਾ? ਸਰ ਇਹ 250 ਰੁਪਏ ਦੀ ਜੀ। ਜੀ 250 ਰੁਪਏ ਪ੍ਰਾਈਜ਼ ਹੈ ਸਿਰਫ ਇਹਦਾ। ਇੱਕ ਹੋਰ ਭਾਈ ਸਾਨੂੰ ਬ੍ਰਾਈਡਲ ਪੀਸ ਦਿਖਾਉਣ ਲੱਗੇ ਆ, ਸਰ ਇਹਦੇ ਬਾਰੇ ਦੱਸੋ ਕੁਛ। ਸਰ ਇਹ ਵੈਜ ਹੀਲ ਦਾ ਸੈਂਡਲ ਹੈ ਜੀ, ਇਹਦੇ ਵੀ ਇਹ ਪੰਚਿੰਗ ਕੀਤੀ ਹੋਈ ਹੈ ਸਰ ਵਿੱਚ, ਹਾਰਡ ਬੋਟਮ 'ਚ ਬਣਿਆ ਹੋਇਆ ਜੀ ਇਹ ਵੀ। ਅਤੇ ਕਿੰਨੇ ਰੰਗ ਅਵੇਲੇਬਲ ਹੈ ਇਹ 'ਚ? ਸਰ ਇਹ 'ਚ ਵੀ 2 ਕਲਰ ਹੈ ਸਰ, ਬਲੈਕ ਅਤੇ ਰੈੱਡ। 2 ਕਲਰ ਅਵੇਲੇਬਲ ਹੈ ਇਹ 'ਚ, ਬਲੈਕ ਅਤੇ ਰੈੱਡ। ਸਰ ਸਾਈਜ਼ ਕਿੰਨੇ ਉਹ ਮਿਲੂਗੇ ਇਹਦੇ 'ਚ? ਸਰ ਇਹ 8 ਤੋਂ 13 ਸਾਈਜ਼ ਹੁੰਦੇ ਜੀ, 8 ਤੋਂ 13 ਸਾਈਜ਼ ਮਿਲੂਗੇ, ਇਹ 8 ਨੰਬਰ ਹੈ। ਸਰ ਕੀ ਪ੍ਰਾਈਜ਼ ਹੈ ਇਹਦਾ? ਸਰ ਇਹ 220 ਰੁਪਏ ਦਾ ਜੀ, ਸਿਰਫ 220 ਰੁਪਏ ਪ੍ਰਾਈਜ਼ ਹੈ ਇਹਦਾ। ਇਹ ਭਾਈ ਸਾਨੂੰ ਇੱਕ ਹੋਰ ਪੀਸ ਦਿਖਾ ਰਿਹਾ, ਸਰ ਦੱਸੋ ਇਹਦੇ ਬਾਰੇ ਕੁਛ। ਸਰ ਇਹ ਹਥੌੜਾ ਹੀਲ ਹੈ ਜੀ, ਸਰ ਇਹ 240 ਰੁਪਏ ਰੇਟ ਹੈਗਾ ਜੀ, ਉੱਪਰ ਪੱਟੀਆਂ ਲੱਗੀਆਂ ਹੋਈਆਂ ਇਹਦੀਆਂ ਜੀ, ਪੇਟੈਂਟ ਦੀ ਪੱਟੀਆਂ ਕਹਿੰਦੇ ਆ ਸਰ ਇਹਨਾਂ ਨੂੰ, ਇਹਨਾਂ ਨੂੰ ਪੇਟੈਂਟ ਦੀ ਪੱਟੀਆਂ ਕਹਿੰਦੇ ਆ। ਬਹੁਤ ਹੀ ਬੜਾ ਵਧੀਆ ਸੋਹਣਾ ਪੀਸ ਹੈ, ਤੁਸੀਂ ਵਿਆਹ ਸ਼ਾਦੀ 'ਚ ਪਾਉਣਾ ਚਾਹੁੰਦੇ ਹੋ, ਬੜੇ ਵਧੀਆ ਪਾ ਸਕਦੇ ਹੋ ਇਹਨੂੰ, ਸੋਲ ਵੀ ਬਹੁਤ ਅੱਛਾ ਮੈਂ ਦੇਖ ਰਿਹਾ ਵਾਂ।
ਸੋਲ ਬੜਾ ਵਧੀਆ ਇਹਦਾ। ਇੱਕ ਹੋਰ ਭਾਈ ਸਾਨੂੰ ਪੀਸ ਦਿਖਾ ਰਿਹਾ ਲਾਲ ਰੰਗ ਦੇ ਵਿੱਚ, ਤਾਂ ਇਹਦੇ ਬਾਰੇ ਸਰ ਕਿੰਨੀ ਕੀ ਪ੍ਰਾਈਜ਼ ਹੈ ਇਹਦਾ? ਸਰ ਇਹ 220 ਰੁਪਏ ਦਾ ਜੀ। ਇਹ ਜੀ ਸਿਰਫ 220 ਰੁਪਏ ਦਾ ਵਾ, ਹੀਲ ਵਾਲਾ ਇਹ ਸੈਂਡਲ ਹੈ। ਸਰ ਇਹਦੇ ਬਾਰੇ ਦੱਸਿਓ ਕੁਛ। ਸਰ ਇਹ ਨੈੱਟ ਲੱਗੀ ਹੋਈ ਹੈ ਜੀ ਇਹਦੇ ਉੱਤੇ, ਅਤੇ ਸਰ ਇਹ ਵੀ ਪੱਕੀ ਹਾਰਡ ਬੋਟਮ 'ਚ ਬਣਿਆ ਹੋਇਆ ਜੀ। ਹਾਰਡ ਬੋਟਮ ਹੈ, ਇਹ ਟੁੱਟ ਨਹੀਂ ਸਕਦਾ। ਹੀਲ ਵੀ ਸਰ ਇਹਦੀ ਕੁਰਮ ਹੀਲ ਕਹਿੰਦੇ ਜੀ ਇਹਨੂੰ, ਕੁਰਮ ਹੀਲ 'ਚ ਬਣੀ ਹੋਈ ਹੈ ਜੀ ਇਹ। ਪਹਿਲਾਂ ਪ੍ਰਾਈਜ਼ ਦੱਸ ਦਿਆ। ਇਹ ਭਾਈ ਸਾਨੂੰ ਇੱਕ ਹੋਰ ਪੀਸ ਦਿਖਾ ਰਹੇ ਆ, ਬੜਾ ਵਧੀਆ ਪੀਸ ਹੈ, ਟਰਾਂਸਪੇਰੈਂਟ ਹੈ ਅੱਗੋਂ ਦੀ। ਸਰ ਇਹ ਸਰ ਪ੍ਰਾਈਜ਼ ਕੀ ਇਹਦਾ? ਸਰ ਇਹ 240 ਰੁਪਏ ਦਾ ਜੀ, ਗੋਲਾ ਹੈਗਾ ਸਰ ਇਹ, ਟਰਾਂਸਪੇਰੈਂਟ 'ਚ ਬਣਿਆ ਹੋਇਆ ਸਰ ਇਹ। ਅੱਗੇ ਲਾਸਟਿਕ ਲਗਾ ਕੇ ਪੈਰ ਬਹੁਤ ਕੰਫਰਟੇਬਲ ਫੀਲ ਕਰੇਗਾ ਜਿਹੜਾ ਪਾਏਗਾ ਇਹਨੂੰ। ਇੱਕ ਹੋਰ ਪੀਸ ਦਿਖਾ ਰਹੇ ਨੇ ਸਾਨੂੰ ਭਾਅ ਜੀ, ਸਰ ਦਿਖਾਈਓ, ਦੱਸਿਓ ਸਰ ਇਹਦੇ ਬਾਰੇ। ਸਰ ਇਹ ਏਅਰ ਮੈਕਸ ਸੋਲ 'ਚ ਹੈਗੀ ਹੈ ਜੀ ਚੱਪਲ, ਫੈਂਸੀ ਡਿਜ਼ਾਈਨ ਹੈ ਸਰ, 160 ਰੁਪਏ ਦੀ ਰੇਂਜ ਹੈ ਜੀ ਇਹ। ਏਅਰ ਮੈਕਸ 160 ਰੁਪਏ ਦੀ ਰੇਂਜ ਆ। ਕਿੰਨੇ ਕਲਰ ਮਿਲ ਜੂਗੇ ਸਰ ਇਹਦੇ? ਸਰ ਇਹ 'ਚ 4 ਕਲਰ ਹੈ ਜੀ। 4 ਕਲਰ ਮਿਲ ਜੂਗੇ ਇਹਦੇ ਵਿੱਚ, 4 ਕਲਰ ਮਿਲ ਜੂਗੇ ਇਹਦੇ ਵਿੱਚ ਸਾਨੂੰ। 3 ਕਲਰ ਤਾਂ ਸਰ ਮੇਰੇ ਕੋਲ ਅਵੇਲੇਬਲ ਹੈਗੇ ਨੇ, ਕਰੀਮ, ਬਲੂ ਅਤੇ ਇਹ ਜੀ। 3 ਰੰਗ ਤੁਹਾਨੂੰ ਮੈਂ ਹੁਣੇ ਦਿਖਾ ਰਿਹਾ ਵਾਂ। ਇੱਕ ਹੈ ਸਰ ਗਾਜਰ, ਇਹਨਾਂ ਤੋਂ ਵਟਸਐਪ 'ਤੇ ਵੀ ਪੁੱਛ ਸਕਦੇ ਹੋ ਜਿੱਦਾਂ ਤੁਹਾਨੂੰ ਚਾਹੀਏ। ਡਿਜ਼ਾਇਨਿੰਗ ਅਲੱਗ ਅਲੱਗ ਸਰ। ਇਹ ਤੁਹਾਨੂੰ ਮੈਂ ਇੱਕ ਸੈਂਡਲ ਦਿਖਾ ਰਿਹਾ ਵਾਂ, ਅਤੇ ਸਰ ਕੀ ਪ੍ਰਾਈਸ ਹੈ ਇਹਦਾ? ਸਰ ਇਹ 250 ਰੁਪਏ ਦਾ ਜੀ। ਜੀ ਸਿਰਫ 250 ਰੁਪਏ ਪ੍ਰਾਈਜ਼ ਹੈ ਇਹਦਾ। ਕਿੰਨੇ ਕਲਰ ਮਿਲ ਜੂਗੇ ਸਰ ਇਹਦੇ? ਸਰ ਇਹ 'ਚ ਵੀ 6-7 ਰੰਗ ਮਿਲ ਜਾਣਗੇ ਜੀ। ਵੈਲਵਟ ਮਟੀਰੀਅਲ, ਸਵੀਡ ਮਟੀਰੀਅਲ ਕਹਿੰਦੇ ਜੀ ਇਹਨੂੰ, ਸਵੀਡ। ਸਰ ਇਹ ਵੀ ਸਕਰਿਊ ਲੱਗੇ ਹੁੰਦੇ ਸਾਈਡਾਂ 'ਤੇ, ਏਅਰ ਮੈਕਸ ਸੋਲ ਹੈ ਸਰ ਇਹਦਾ, ਔਰ ਸਰ ਇਹ ਆਪਣਾ ਤਿਆਰ ਹੁੰਦਾ ਸਾਡਾ ਇੱਥੇ। ਤੁਹਾਨੂੰ ਮੈਂ ਇੱਕ ਹੋਰ ਪੀਸ ਦਿਖਾ ਰਿਹਾ ਵਾਂ, ਸਰ ਇਹਦੇ ਬਾਰੇ ਦੱਸੋ ਕੁਛ। ਸਰ ਇਹ ਵੀ ਏਅਰ ਮੈਕਸ ਸੋਲ ਦਾ ਸੈਂਡਲ ਹੈ ਜੀ, ਸਕਰਿਊ ਲੱਗੇ ਹੋਏ ਸਾਈਡਾਂ 'ਤੇ, ਅੱਗੇ ਪੰਚਿੰਗ ਕੀਤੀ ਹੋਈ ਹੈ ਸਰ ਇਹ, ਗਰਲਿਸ਼ ਲੁੱਕ ਹੈ ਸਰ ਇਹ ਜੀ। ਕੀ ਪ੍ਰਾਈਸ ਹੈ ਇਹਦਾ? ਸਰ ਇਹ ਸਿਰਫ 250 ਰੁਪਏ ਦਾ ਜੀ। ਸਿਰਫ 250 ਰੁਪਏ ਦਾ ਪੀਸ ਹੈ ਸਰ। ਰਿਟੇਲ ਕਾਊਂਟਰ 'ਤੇ ਕਿੰਨੇ ਦਾ ਵਿਕ ਜਾਂਦਾ ਇਹ? ਸਰ ਰਿਟੇਲ ਕਾਊਂਟਰ 'ਤੇ ਸਰ ਇਹਦਾ ਡਬਲ ਹੀ ਕਰ ਲੈਂਦੇ ਜੀ ਰੇਟ ਅੱਜ ਕੱਲ੍ਹ ਤਾਂ। 500 ਰੁਪਇਆ ਸੇਲ ਹੈਗੀ ਹੈ ਸਰ ਇਹਦੀ ਰਿਟੇਲ ਕਾਊਂਟਰ 'ਚ। 500 ਰੁਪਏ ਦੀ ਆਰਾਮ ਨਾਲ ਸੇਲ ਹੋ ਜੂਗੀ ਤੁਹਾਡੀ। ਇਹ ਭਾਈ ਸਾਨੂੰ ਬੂਟ ਦਿਖਾਉਣ ਲੱਗੇ ਆ, ਸ਼ੂਜ਼, ਅਤੇ ਬੜਾ ਵਧੀਆ ਸ਼ੂਜ਼ ਹੈ, ਵਾਈਟ ਕਲਰ 'ਚ ਹੈ। ਸਰ ਇਹ 'ਚ ਕਿੰਨੇ ਕਲਰ ਮਿਲ ਜੂਗੇ? ਸਰ ਇਹ 'ਚ 3 ਕਲਰ ਹੁੰਦੇ ਆ ਜੀ। 3 ਕਲਰ ਮਿਲ ਜੂਗੇ, ਇੰਪੋਰਟਡ ਫਰੋਮ ਚਾਈਨਾ ਵਾ। ਅਤੇ ਸਰ ਇਹਦੇ ਬਾਰੇ ਦੱਸੋ ਕੁਛ। ਸਰ ਇਹ ਇੰਪੋਰਟਡ ਸ਼ੂ ਹੈਗਾ ਜੀ, ਉੱਪਰ ਕੱਪੜਾ ਲੱਗਾ ਹੋਇਆ ਹੈ, ਅਤੇ ਸੋਲ ਇਹਦਾ ਅਸਲੀ TPR ਦਾ ਸੋਲ ਹੁੰਦਾ, ਸੋਫਟ ਹੁੰਦਾ ਸਰ, ਦੇਖੋ ਬਿਲਕੁਲ ਜੀ, ਬੜਾ ਵਧੀਆ ਸੋਫਟ TPR ਸੋਲ ਹੈ ਇਹਦਾ। ਸਰ ਕੀ ਪ੍ਰਾਈਜ਼ ਹੈ ਇਹਦਾ? ਸਰ ਇਹ 280 ਰੁਪਏ ਦਾ ਜੀ। ਜੀ ਸਿਰਫ 280 ਰੁਪਏ ਦਾ ਹੈ, ਅਤੇ ਰਿਟੇਲ ਕਾਊਂਟਰ 'ਤੇ 600 ਤੋਂ ਘੱਟ ਨਹੀਂ ਮਿਲਦੇ ਹੈਗੇ। ਅਤੇ ਕਿੰਨੇ ਸਾਈਜ਼ ਅਵੇਲੇਬਲ ਹੈ ਇਹਦੇ? ਸਰ ਇਹ 6-11, 4-11, ਸਰ ਦੋਨੋਂ ਤਰ੍ਹਾਂ ਦੇ ਸਾਈਜ਼ ਮਿਲ ਜਾਣਗੇ ਇਹਦੇ ਵਿੱਚ ਜੀ। ਦੋਨੋਂ ਤਰ੍ਹਾਂ ਦੇ ਸਾਈਜ਼ ਮਿਲ ਜੂਗੇ ਇਹਦੇ ਵਿੱਚ। ਜਿੱਪਰ ਹੈ ਸਰ ਸਾਈਡਾਂ ਤੋਂ। ਇਹ ਭਾਅ ਜੀ ਸਾਨੂੰ ਪੀਸ ਦਿਖਾ ਰਹੇ ਆ, ਸਰ ਕੀ ਪ੍ਰਾਈਜ਼ ਹੈ ਇਹਦਾ? ਸਰ ਇਹ 240 ਰੁਪਏ ਦਾ ਜੀ। ਸਿਰਫ 240 ਰੁਪਏ ਪ੍ਰਾਈਜ਼ ਹੈ ਇਹਦਾ, ਅਤੇ ਬੜਾ ਵਧੀਆ ਪੀਸ ਹੈ। ਸਰ ਕਿੰਨੇ ਰੰਗ ਮਿਲ ਜੂਗੇ ਇਹਦੇ ਵਿੱਚ? ਸਰ ਇਹ 'ਚ 4 ਕਲਰ ਹੈ ਜੀ। 4 ਕਲਰ ਅਵੇਲੇਬਲ ਹੈ ਇਹਦੇ ਵਿੱਚ, ਹਥੌੜਾ ਟਾਈਪ ਮਿਲ ਰਿਹਾ ਸਾਨੂੰ, ਹੀਲ ਮਿਲ ਰਹੀ ਹੈ ਜੀ। ਠੀਕ ਹੈ ਜੀ।